ਕੋਈ ਉਹਨਾਂ ਨੂੰ ਪਤਾ ਨਹੀਂ ਹੈ ਵੀ ਕੀ ਨੁਕਸਾਨ ਆ, ਕੀ ਇਹਦਾ ਫਾਇਦਾ ਹੈ, ਇਹ ਬੰਦ ਕਰਨੀ ਚਾਹੀਦੀ ਹੈ। ਇਹਨਾਂ ਨੇ ਵਿੱਚੋਂ ਵਿੱਚ ਇਹ ਤਾਂ ਸਾਡੇ ਨਗਰ ਦੇ ਹੀ ਨੇ ਬੰਦੇ ਉਹ ਜਿਹੜੇ ਲਾ ਰਹੇ। ਮੈਂ ਹਰਦੀਪ ਸਿੰਘ ਯਾਤਰਾ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਲੁਧਿਆਣਾ। ਨੈਸ਼ਨਲ ਹਾਈਵੇ ਜਾਮ ਕੀਤਾ ਗਿਆ, ਕਿਉਂ ਕੀਤਾ ਗਿਆ, ਕੀ ਕਹਿਣਾ ਚਾਹੁੰਦੇ? ਇਹਦੇ ਅੱਜ ਦੋ ਕਾਰਨ ਨੇ ਜੀ। ਅਸੀਂ ਕੱਲ੍ਹ ਕਾਲ ਦਿੱਤੀ ਸੀਗੀ ਬਈ ਜੋ ਸਾਡੇ ਪਿੰਡ ਮੁਸਕਾਬਾਦ ਵਿਖੇ ਇੱਕ ਫੈਕਟਰੀ ਲੱਗ ਰਹੀ ਆ, ਜਿਹਦੇ ਖਿਲਾਫ ਅਸੀਂ ਪੂਰੇ ਡੇਢ ਸਾਲ ਤੋਂ ਸੰਘਰਸ਼ ਲੜ ਰਹੇ ਹਾਂ। ਜੋ ਪਿਛਲੇ ਐਸ ਡੀ ਐਮ ਸਾਹਿਬ ਸੀਗੇ ਕੁਲਦੀਪ ਸਿੰਘ ਜੀ ਬਾਵਾ, ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਵੀ ਫੈਕਟਰੀ ਬੰਦ ਰਹੂਗੀ। ਉਹ ਬੰਦ ਵੀ ਰਿਹਾ ਕੰਮ, ਅਤੇ ਹੁਣ ਕੁਝ ਦਿਨਾਂ ਤੋਂ ਉੱਤੋਂ ਬਾਅਦ ਹੁਣ ਫਿਰ ਕੰਮ ਇਹਦਾ ਸਟਾਰਟਿੰਗ ਕਰਤੀ। ਇਸ ਸੰਬੰਧੀ ਅਸੀਂ ਆਪਣੇ ਪੁਲਿਸ ਪ੍ਰਸ਼ਾਸਨ ਤੱਕ ਵੀ ਪਹੁੰਚ ਕੀਤੀ ਅਤੇ ਉਹਨਾਂ ਨੇ ਆ ਕੇ ਬਕਾਇਦਾ ਕੰਮ ਐਸ ਐਚ ਓ ਸਾਹਿਬ ਨੇ ਬੰਦ ਕਰਾਤਾ ਸੀ, ਕੋਈ ਵੀ ਇੱਥੇ ਤਣਾਅਪੂਰਨ ਸਥਿਤੀ ਨਾ ਬਣੇ, ਲੋਕ ਆਪਸ ਵਿੱਚ ਚੱਲ ਜਾਣ। ਪਰ ਪਰਸੋਂ ਇੱਥੇ ਮੀਟਿੰਗ ਰੱਖੀ ਸੀ ਐਸ ਡੀ ਐਮ ਸਾਹਿਬ ਦੀ ਆਪਣੇ ਪਿੰਡ ਮੁਸਕਾਬਾਦ ਵਿਖੇ, ਅਤੇ ਉਹਨਾਂ ਨੇ ਬਹੁਤ ਹੀ ਗੈਰ ਜ਼ਿੰਮੇਵਾਰ ਯਾਨੀ ਕਿ ਰਵੱਈਏ ਦੇ ਨਾਲ ਉਹ ਆਏ ਨੇ। ਉਹਨਾਂ ਨੇ ਲੋਕਾਂ ਦੀ ਗੱਲਬਾਤ ਨਹੀਂ ਸੁਣੀ ਹੈਗੀ ਵਧੀਆ ਢੰਗ ਦੇ ਨਾਲ, ਅਤੇ ਲੋਕਾਂ ਨੂੰ ਕਹਿੰਦੇ ਮੈਂ ਫੈਕਟਰੀ ਦੇਖ ਕੇ ਆਉਣਾ ਵਾਂ, ਉੱਥੇ ਫੈਕਟਰੀ ਦੇਖਣ ਗਏ ਨੇ, ਅਤੇ ਬਾਅਦ ਦੇ ਵਿੱਚ ਆਏ ਨਹੀਂ ਅਤੇ ਆਪਣਾ ਸਿੱਧਾ ਹੀ ਘਰ ਨੂੰ ਲੰਘ ਗਏ। ਇੱਕ ਜਿਹੜੇ ਸਾਡੀ ਮੈਂ ਜਥੇਬੰਦੀ ਵੱਲੋਂ ਸਾਨੂੰ ਇਤਰਾਜ਼ ਆ, ਉਹਨਾਂ ਨੇ ਸਾਡੇ ਜੱਟਾਂ ਨੂੰ ਮੂਰਖ ਕਿਹਾ ਵੀ ਅਨਪੜ੍ਹ ਜੱਟ ਨੇ। ਅਸੀਂ ਇਹਦਾ ਵਿਰੋਧ ਕਰਦੇ ਹਾਂ, ਅਸੀਂ ਇਸ ਚੀਜ਼ ਨੂੰ ਆਪਣੀ ਸਾਡੀ ਕਮਿਊਨਿਟੀ ਨੂੰ ਉਹਨਾਂ ਨੇ ਬਹੁਤ ਵਧੀਆ ਘਟੀਆ ਸ਼ਬਦ ਕਿਹਾ, ਸਾਨੂੰ ਮੂਰਖ ਕਿਹਾ ਗਿਆ ਕਿਸਾਨਾਂ ਨੂੰ। ਅਸੀਂ ਇਹਦਾ ਸੰਯੁਕਤ ਮੋਰਚੇ ਨਾਲ ਮੇਰੀ ਰਾਜਿਆਲ ਸਾਹਿਬ ਨਾਲ ਵੀ ਗੱਲ ਹੋਈ ਆ, ਅਤੇ ਮੈਂ ਆਪਣੇ ਸੀਨੀਅਰ ਲੀਡਰਾਂ ਨਾਲ ਵੀ ਗੱਲ ਕਰੀ ਆ। ਸਾਡੇ ਸਾਰੇ ਪਿੰਡਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਵਿਰੋਧ ਆ, ਅਸੀਂ ਉਹਨਾਂ 'ਤੇ ਉਹਨਾਂ ਤੋਂ ਮਾਫ਼ੀ ਵੀ ਮੰਗਾਉਣੀ ਆ ਅਤੇ ਉਹਨਾਂ ਦਾ ਇੱਥੋਂ ਤਬਾਦਲਾ ਵੀ ਚਾਹੁੰਦੇ ਹਾਂ। ਅਤੇ ਜਿਹੜੀ ਫੈਕਟਰੀ ਦੀ ਗੱਲ ਹੋ ਗਈ, ਸਾਡੀ ਕੋਰੀ ਨਾਮ ਆ ਜੀ, ਚਾਹ ਅਸੀਂ ਹੁਣ ਕਿਸੇ ਨਾਲ ਮੀਟਿੰਗ ਨਹੀਂ ਕਰਨੀ ਹੈਗੀ। ਜੇ ਕਹਿਣਗੇ ਐਸ ਟੀ ਓ ਨਾਲ ਕਰ ਲਓ ਜਾਂ ਕਿਸੇ ਹੋਰ ਨਾਲ, ਅਸੀਂ ਕਿਸੇ ਨਾਲ ਮੀਟਿੰਗ ਨਹੀਂ ਕਰਨੀ, ਅਸੀਂ ਉੱਥੇ ਫੈਕਟਰੀ ਲੱਗਣ ਨਹੀਂ ਦੇਣੀ। ਜੇ ਕੋਈ ਉੱਥੇ ਪ੍ਰਸ਼ਾਸਨ ਸਾਡੇ ਦਾ ਧੱਕਾ ਕਰੂਗਾ, ਉੱਥੇ ਕੋਈ ਵੀ ਗੱਲ ਹੁੰਦੀ ਆ, ਲੋਕ ਸਾਹ ਆਪਸ ਵਿੱਚ ਹੀ ਅੱਜ ਦੇ ਨੇ, ਤਾਂ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ। ਸਾਡੇ ਪਿੰਡ ਦੀ ਹੋਊ ਜੀ 2500 3000 ਦੇ ਲਗਭਗ, 2700। ਅਸੀਂ ਦੇਖੋ ਜੀ, ਕੱਲ ਵੀ ਐਮ ਐਲ ਸਾਹਿਬ ਨੂੰ ਅਸੀਂ ਫੋਨ ਕਰਿਆ ਸੀ ਵੀ ਦੇਖੋ ਜੀ ਪੋਜੀਸ਼ਨ ਆ ਬਣ ਸਕਦੀ ਆ ਕੱਲ ਨੂੰ, ਉਹ ਕਹਿੰਦੇ ਮੈਂ ਚੰਡੀਗੜ੍ਹ ਮੈਂ ਆ ਕੇ ਦੇਖੂਗਾ, ਕਿਸੇ ਨੇ ਕੋਈ ਰਾਬਤਾ ਨੀ ਕਿਹਾ ਕੀਤਾ। ਪ੍ਰੋਵਾਈਡ ਕੀਤੀ ਜਾਵੇ ਫੈਕਟਰੀ, ਅਸੀਂ ਇਹ ਨਹੀਂ ਕਹਿੰਦੇ ਵੀ ਇਹ ਪਿੰਡ ਦੇ ਨਾਂ ਨੇੜੇ ਲਾਓ, ਅਸੀਂ ਇਹ ਵੀ ਸਹਿਮਤ ਹੋ ਗਈ, ਸਾਰਾ ਪਿੰਡ ਸਹਿਮਤ ਹੋ ਗਿਆ ਸੀਗਾ ਵੀ 2.5 ਕਿਲੋਮੀਟਰ ਅੱਗੇ ਲੈ ਜਾਓ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਕਿਉਂ ਅੱਜ ਨਾ ਮੰਨਿਆ ਗਿਆ, ਬੈਠੀਆਂ ਲਗਾਤਾਰ, ਕੋਈ ਗੱਲ ਨਹੀਂ।